ਕਹਿੰਦੀ ਮੰਮਾ ਮੇਰੇ ਪਾਪਾ ਕਿੱਥੇ ਨੇ? ਮੈਂ ਇੱਕਦਮ ਕੋਈ ਜਵਾਬ ਨਹੀਂ ਦੇ ਸਕੀ। ਮੈਂ ਇਹੀ ਗੱਲ ਕਹੀ, ਮੈਂ ਕਿਹਾ ਬੇਟੇ ਤੇਰੇ ਪਾਪਾ ਬਹੁਤ ਦੂਰ ਨੇ। ਉਹ ਬੱਚੀ ਸੀਗੀ ਜਿਹੜੇ ਕਹਿੰਦਾ ਇਹਨੇ ਫੋਟੋ ਵਿੱਚ, ਹਾਏ ਪਾਪਾ ਬੰਦ ਨਾ ਕਰੋ ਦਰਵਾਜ਼ਾ, ਨਾ ਬੰਦ ਕਰੋ ਪਾਪਾ, ਗਰਮੀ ਲੱਗੇਗੀ। ਫਿਰ ਲੋਕਾਂ ਨੂੰ ਕਹਿਣਾ ਮੇਰੇ ਪਾਪਾ ਹੈਗੇ ਨੇ, ਮੇਰੇ ਤੁਰਨ ਵਾਲੇ ਪਾਪਾ ਨਹੀਂ ਹੈ, ਮੇਰੇ ਫੋਟੋ ਵਾਲੇ ਪਾਪਾ ਹੈਗੇ, ਮੇਰੇ ਤੁਰਨ ਵਾਲੇ ਪਾਪਾ ਨਹੀਂ ਹੈਗੇ ਨਾ, ਮੇਰੇ ਫੋਟੋ ਵਿੱਚ ਪਾਪਾ ਹੈਗੇ ਨੇ। ਬਸ ਜਿਸ ਤਰ੍ਹਾਂ ਮੇਰੇ ਪਤੀ ਨੂੰ ਸ਼ਹੀਦ ਕੀਤਾ ਗਿਆ ਝੂਠੇ ਪੁਲਿਸ ਮੁਕਾਬਲਾ ਬਣਾ ਕੇ, ਔਰ ਇਹਨਾਂ ਦੀ ਜਿਹੜੀ ਡੈੱਡ ਬਾਡੀ ਉਹ ਵੀ ਸਾਨੂੰ ਨਹੀਂ ਦਿੱਤੀ ਗਈ। ਹੁਣ ਮੈਂ ਇਹੀ ਚਾਹੁੰਦੀ ਹਾਂ ਕਿ ਪਰਮਜੀਤ ਦੇ ਜਿਹੜੇ ਕਾਤਲ ਹੈ, ਭਾਵੇਂ ਪੁਲਿਸ ਅਧਿਕਾਰੀ ਹੈ, ਮਤਲਬ ਕਿ ਜਿਹੜੀ ਕਾਰਵਾਈ ਕੀਤੀ ਜਾਵੇ। ਮੈਂ ਇਹੀ ਇਨਸਾਫ ਚਾਹੁੰਦੀ ਹਾਂ ਕਿ ਮੈਨੂੰ ਇਨਸਾਫ ਮਿਲੇ।